ਵੀ ਇੱਦਾਂ ਕਰਕੇ ਕੋਈ ਉੱਥੇ ਇੰਸੀਡੈਂਸ ਹੋਇਆ ਵੀ ਕਿਸੇ ਬੱਚੀ ਨਾਲ ਕੋਈ ਪ੍ਰਵਾਸੀ ਨੇ ਪਹਿਲਾਂ ਬੱਚੇ ਪ੍ਰਵਾਸੀ ਨੇ ਅਤੇ ਉੱਥੇ ਜਿਸ ਮੁੰਡੇ 'ਤੇ ਐਲੀਗੇਸ਼ਨ ਲਾ ਰਹੇ ਨੇ ਉਹ ਵੀ ਪ੍ਰਵਾਸੀ ਹੈਗਾ ਹੈ ਅਤੇ ਐਲੀਗੇਸ਼ਨ ਲੱਗਿਆ ਹੈ ਵੀ ਉਹਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਜਾਂ ਨਹੀਂ ਹੋਇਆ ਜਾਂ ਹੋਇਆ ਇਸ ਰਿਗਾਰਡਿੰਗ ਬੱਚੀ ਹੋਸਪਿਟਲ ਇੱਥੇ ਸਰਕਾਰੀ ਹੋਸਪਿਟਲ ਦਾਖਲ ਹੈ ਅਤੇ ਉਹਦਾ ਡਾਕਟਰ ਸਾਹਿਬ ਮੈਡੀਕਲ ਦਾ ਜੋ ਵੀ ਪ੍ਰੋਸੀਜਰ ਹੈਗਾ ਆ ਉਹ ਚੱਲ ਰਿਹਾ ਹੈਗਾ ਜਿਵੇਂ ਰਿਪੋਰਟ ਆਊਗੀ ਚਲੋ ਜੋ ਡਾਕਟਰ ਸਾਹਿਬ ਦੀ ਰਿਪੋਰਟ ਪਲੱਸ ਜੋ ਇਹਨਾਂ ਦੇ ਘਰਦਿਆਂ ਦੇ ਬਿਆਨ ਹੋਣਗੇ ਜੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਰੇਪ ਦੀ ਗੱਲ ਕਹੀ ਜਾ ਰਹੀ ਹੈ ਮਾਂ ਬਾਪ ਵੱਲੋਂ, ਇਹ ਤੁਸੀਂ ਹੁਣ ਚੈੱਕਅਪ ਕੀਤਾ ਕੀ ਲੱਗਦਾ ਹੈਗਾ ਤੁਹਾਨੂੰ ਕਿ ਮਾਮਲਾ ਕੀ ਹੈ? ਸਰ ਸਾਡੇ ਕੋਲ ਕੇਸ ਆਇਆ ਹੈ, ਉਹਨਾਂ ਨੇ ਜੋ ਹਿਸਟਰੀ ਦਿੱਤੀ ਆ ਉਹਦੇ ਮੁਤਾਬਕ ਅਸੀਂ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਜੀ। ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਵੀ ਰਿਪੋਰਟ ਆਏਗੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ। ਵੀ ਇੱਦਾਂ ਕਰਕੇ ਕੋਈ ਉੱਥੇ ਇੰਸੀਡੈਂਸ ਹੋਇਆ ਵੀ ਕਿਸੇ ਬੱਚੀ ਨਾਲ ਕੋਈ ਪ੍ਰਵਾਸੀ ਨੇ ਪਹਿਲਾਂ ਬੱਚੇ ਪ੍ਰਵਾਸੀ ਨੇ ਅਤੇ ਉੱਥੇ ਜਿਸ ਮੁੰਡੇ 'ਤੇ ਐਲੀਗੇਸ਼ਨ ਲਾ ਰਹੇ ਨੇ ਉਹ ਵੀ ਪ੍ਰਵਾਸੀ ਹੈਗਾ ਹੈ ਅਤੇ ਐਲੀਗੇਸ਼ਨ ਲੱਗਿਆ ਹੈ ਵੀ ਉਹਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਜਾਂ ਨਹੀਂ ਹੋਇਆ ਜਾਂ ਹੋਇਆ ਇਸ ਰਿਗਾਰਡਿੰਗ ਬੱਚੀ ਹੋਸਪਿਟਲ ਇੱਥੇ ਸਰਕਾਰੀ ਹੋਸਪਿਟਲ ਦਾਖਲ ਹੈ ਅਤੇ ਉਹਦਾ ਡਾਕਟਰ ਸਾਹਿਬ ਮੈਡੀਕਲ ਦਾ ਜੋ ਵੀ ਪ੍ਰੋਸੀਜਰ ਹੈਗਾ ਆ ਉਹ ਚੱਲ ਰਿਹਾ ਹੈਗਾ ਜਿਵੇਂ ਰਿਪੋਰਟ ਆਊਗੀ ਚਲੋ ਜੋ ਡਾਕਟਰ ਸਾਹਿਬ ਦੀ ਰਿਪੋਰਟ ਪਲੱਸ ਜੋ ਇਹਨਾਂ ਦੇ ਘਰਦਿਆਂ ਦੇ ਬਿਆਨ ਹੋਣਗੇ ਜੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਰੇਪ ਦੀ ਗੱਲ ਕਹੀ ਜਾ ਰਹੀ ਹੈ ਮਾਂ ਬਾਪ ਵੱਲੋਂ, ਇਹ ਤੁਸੀਂ ਹੁਣ ਚੈੱਕਅਪ ਕੀਤਾ ਕੀ ਲੱਗਦਾ ਹੈਗਾ ਤੁਹਾਨੂੰ ਕਿ ਮਾਮਲਾ ਕੀ ਹੈ? ਸਰ ਸਾਡੇ ਕੋਲ ਕੇਸ ਆਇਆ, ਉਹਨਾਂ ਨੇ ਜੋ ਹਿਸਟਰੀ ਦਿੱਤੀ ਆ ਉਹਦੇ ਮੁਤਾਬਕ ਅਸੀਂ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਜੀ। ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਵੀ ਰਿਪੋਰਟ ਆਏਗੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ। ਵੀ ਇੱਦਾਂ ਕਰਕੇ ਕੋਈ ਉੱਥੇ ਇੰਸੀਡੈਂਸ ਹੋਇਆ ਵੀ ਕਿਸੇ ਬੱਚੀ ਨਾਲ ਕੋਈ ਪ੍ਰਵਾਸੀ ਨੇ ਪਹਿਲਾਂ ਬੱਚੇ ਪ੍ਰਵਾਸੀ ਨੇ ਅਤੇ ਉੱਥੇ ਜਿਸ ਮੁੰਡੇ 'ਤੇ ਐਲੀਗੇਸ਼ਨ ਲਾ ਰਹੇ ਨੇ ਉਹ ਵੀ ਪ੍ਰਵਾਸੀ ਹੈਗਾ ਹੈ ਅਤੇ ਐਲੀਗੇਸ਼ਨ ਲੱਗਿਆ ਹੈ ਵੀ ਉਹਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਜਾਂ ਨਹੀਂ ਹੋਇਆ ਜਾਂ ਹੋਇਆ ਇਸ ਰਿਗਾਰਡਿੰਗ ਬੱਚੀ ਹੋਸਪਿਟਲ ਇੱਥੇ ਸਰਕਾਰੀ ਹੋਸਪਿਟਲ ਦਾਖਲ ਹੈ ਅਤੇ ਉਹਦਾ ਡਾਕਟਰ ਸਾਹਿਬ ਮੈਡੀਕਲ ਦਾ ਜੋ ਵੀ ਪ੍ਰੋਸੀਜਰ ਹੈਗਾ ਆ ਉਹ ਚੱਲ ਰਿਹਾ ਹੈਗਾ ਜਿਵੇਂ ਰਿਪੋਰਟ ਆਊਗੀ ਚਲੋ ਜੋ ਡਾਕਟਰ ਸਾਹਿਬ ਦੀ ਰਿਪੋਰਟ ਪਲੱਸ ਜੋ ਇਹਨਾਂ ਦੇ ਘਰਦਿਆਂ ਦੇ ਬਿਆਨ ਹੋਣਗੇ ਜੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਰੇਪ ਦੀ ਗੱਲ ਕਹੀ ਜਾ ਰਹੀ ਹੈ ਮਾਂ ਬਾਪ ਵੱਲੋਂ, ਇਹ ਤੁਸੀਂ ਹੁਣ ਚੈੱਕਅਪ ਕੀਤਾ ਕੀ ਲੱਗਦਾ ਹੈਗਾ ਤੁਹਾਨੂੰ ਕਿ ਮਾਮਲਾ ਕੀ ਹੈ? ਸਰ ਸਾਡੇ ਕੋਲ ਕੇਸ ਆਇਆ, ਉਹਨਾਂ ਨੇ ਜੋ ਹਿਸਟਰੀ ਦਿੱਤੀ ਆ ਉਹਦੇ ਮੁਤਾਬਕ ਅਸੀਂ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਜੀ। ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਵੀ ਰਿਪੋਰਟ ਆਏਗੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ। ਵੀ ਇੱਦਾਂ ਕਰਕੇ ਕੋਈ ਉੱਥੇ ਇੰਸੀਡੈਂਸ ਹੋਇਆ ਵੀ ਕਿਸੇ ਬੱਚੀ ਨਾਲ ਕੋਈ ਪ੍ਰਵਾਸੀ ਨੇ ਪਹਿਲਾਂ ਬੱਚੇ ਪ੍ਰਵਾਸੀ ਨੇ ਅਤੇ ਉੱਥੇ ਜਿਸ ਮੁੰਡੇ 'ਤੇ ਐਲੀਗੇਸ਼ਨ ਲਾ ਰਹੇ ਨੇ ਉਹ ਵੀ ਪ੍ਰਵਾਸੀ ਹੈਗਾ ਹੈ ਅਤੇ ਐਲੀਗੇਸ਼ਨ ਲੱਗਿਆ ਹੈ ਵੀ ਉਹਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਜਾਂ ਨਹੀਂ ਹੋਇਆ ਜਾਂ ਹੋਇਆ ਇਸ ਰਿਗਾਰਡਿੰਗ ਬੱਚੀ ਹੋਸਪਿਟਲ ਇੱਥੇ ਸਰਕਾਰੀ ਹੋਸਪਿਟਲ ਦਾਖਲ ਹੈ ਅਤੇ ਉਹਦਾ ਡਾਕਟਰ ਸਾਹਿਬ ਮੈਡੀਕਲ ਦਾ ਜੋ ਵੀ ਪ੍ਰੋਸੀਜਰ ਹੈਗਾ ਆ ਉਹ ਚੱਲ ਰਿਹਾ ਹੈਗਾ ਜਿਵੇਂ ਰਿਪੋਰਟ ਆਊਗੀ ਚਲੋ ਜੋ ਡਾਕਟਰ ਸਾਹਿਬ ਦੀ ਰਿਪੋਰਟ ਪਲੱਸ ਜੋ ਇਹਨਾਂ ਦੇ ਘਰਦਿਆਂ ਦੇ ਬਿਆਨ ਹੋਣਗੇ ਜੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਰੇਪ ਦੀ ਗੱਲ ਕਹੀ ਜਾ ਰਹੀ ਹੈ ਮਾਂ ਬਾਪ ਵੱਲੋਂ, ਇਹ ਤੁਸੀਂ ਹੁਣ ਚੈੱਕਅਪ ਕੀਤਾ ਕੀ ਲੱਗਦਾ ਹੈਗਾ ਤੁਹਾਨੂੰ ਕਿ ਮਾਮਲਾ ਕੀ ਹੈ? ਸਰ ਸਾਡੇ ਕੋਲ ਕੇਸ ਆਇਆ, ਉਹਨਾਂ ਨੇ ਜੋ ਹਿਸਟਰੀ ਦਿੱਤੀ ਆ ਉਹਦੇ ਮੁਤਾਬਕ ਅਸੀਂ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਜੀ। ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਵੀ ਰਿਪੋਰਟ ਆਏਗੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ।